ਕੰਪਿਊਟਰਾਂ ਦੇ ਆਪਕ ਯੂਨੀਅਨ ਜ਼ਿੰਦਾਬਾਦ 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 ਕੰਪਿਊਟਰਾਂ ਦੇ ਆਪਕ ਯੂਨੀਅਨ ਜ਼ਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਕੈਪਟਨ ਸਰਕਾਰ ਮੁਰਦਾਬਾਦ 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 ਸਿੱਖਿਆ ਸਕੱਤਰ ਮੁਰਦਾਬਾਦ 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 ਸਿੱਖਿਆ ਸਕੱਤਰ ਮੁਰਦਾਬਾਦ 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 ਸਾਡ ਲੜਦੇ ਲੋਕ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਕੰਪਿਊਟਰ ਅਧਿਆਪਕ ਯੂਨੀਅਨ ਜਿੰਦਾਬਾਦ 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 ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰੋ ਮਰਜ ਕਰੋ ਮਰਜ ਕਰੋ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰੋ ਮਰਜ ਕਰੋ ਮਰਜ ਕਰੋ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ 4 ਤਰੀਕ ਨੂੰ ਪਟਿਆਲੇ ਵਿਖੇ ਜਿਹੜੀ ਆ ਉਹ ਰੈਲੀ ਰੱਖੀ ਗਈ ਆ। ਉਹਦਾ ਮੁੱਖ ਮਕਸਦ ਜਿਹੜਾ ਰੈਲੀ ਦਾ, ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਅਧਿਆਪਕ ਜਿਹੜੇ ਆ ਉਹ ਸਕੂਲਾਂ ਵਿੱਚ ਜੋਬ ਕਰ ਰਹੇ ਆ ਔਰ ਸੋਸਾਇਟੀ ਦੇ ਸਾਰੇ ਮੁਲਾਜ਼ਮ ਆ, ਔਰ ਇੱਕੋ ਇੱਕ ਸਾਡੀ ਮੇਨ ਮੰਗ ਆ ਕਿ ਸਾਨੂੰ ਸੋਸਾਇਟੀ ਵਿੱਚੋਂ ਸ਼ਿਫਟ ਕਰਕੇ ਸਿੱਖਿਆ ਵਿਭਾਗ ਵਿੱਚ ਜਿਹੜਾ ਵਾ ਉਹ ਮਰਜ ਕੀਤਾ ਜਾਵੇ, ਕਿਉਂਕਿ ਸੋਸਾਇਟੀ ਜਿਹੜੀ ਆ ਇਹ ਸਰਕਾਰੀ ਫੰਡਡ ਆ, ਜਿਹਦੇ ਵਿੱਚ ਪੂਰਾ ਜਿਹੜਾ ਸਾਡਾ ਤਨਖਾਹਾਂ ਦਾ ਬਜਟ ਜਿਹੜਾ ਉਹ ਸੋਸਾਇਟੀ ਨੂੰ ਆ ਰਿਹਾ, ਔਰ ਸਰਕਾਰ ਜੇਕਰ ਸਾਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਦੀ ਆ ਤਾਂ ਸਰਕਾਰ 'ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵਾਧੂ ਜਿਹੜਾ ਬੋਝ ਨਹੀਂ ਪੈ ਰਿਹਾ। ਔਰ ਇਹ ਜਿਹੜੀ ਸਰਕਾਰ ਦੀ ਨੀਤੀ ਆ ਪਿਛਲੇ ਲੰਮੇ ਸਮੇਂ ਤੋਂ ਟਾਲ ਮਟੋਲ ਦੀ ਆ, ਜੇਕਰ ਕੋਈ ਅਜਿਹਾ ਬੋਝ ਨਹੀਂ ਪੈ ਰਿਹਾ ਤਾਂ ਸਰਕਾਰ ਨੂੰ ਜਿਹੜਾ ਫੌਰੀ ਤੌਰ 'ਤੇ ਇਹ ਚੀਜ਼ ਨੂੰ ਮੰਨ ਲੈਣਾ ਚਾਹੀਦਾ, ਕਿਉਂਕਿ ਸਾਡੇ ਜਿਹੜੇ ਸਾਥੀ ਆ ਬਹੁਤ ਸਾਰੇ ਪਿਛਲੇ 10 ਸਾਲਾਂ ਵਿੱਚੋਂ ਸਾਨੂੰ ਜਿਹੜਾ ਸਦੀਵੀ ਵਿਸ਼ੋਰਾ ਦੇ ਗਏ ਆ, ਜਿਹਦੇ ਵਿੱਚ ਕੁਛ ਕੁਦਰਤੀ ਡੈਥ ਹੋਈ ਹੈ, ਕੁਝ ਐਕਸੀਡੈਂਟਲ ਡੈਥ ਹੋਈਆਂ ਨੇ, ਔਰ ਉਹ ਉਹਨਾਂ ਪਰਿਵਾਰਾਂ ਨੂੰ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਜੋਬ ਆ ਉਹਦੀ ਗਰੰਟੀ ਨਹੀਂ ਮਿਲੀ ਹੈਗੀ, ਉਹ ਪਰਿਵਾਰ ਜਿਹੜੇ ਆ ਬਹੁਤ ਜ਼ਿਆਦਾ ਤ੍ਰਾਸਦੀ ਵਿੱਚ ਨੇ, ਔਰ ਸੋਸਾਇਟੀ ਵਿੱਚ ਹੋਣ ਦੇ ਕਰਕੇ ਜਿਹੜੇ ਲਾਭ ਜਿਹੜੇ ਨਹੀਂ ਲਿੱਤੇ ਜਾ ਰਹੇ। ਇਹ ਦੱਸਣਯੋਗ ਗੱਲ ਆ ਕਿਉਂਕਿ ਜਦੋਂ ਸਾਨੂੰ ਰੈਗੂਲਰ ਕੀਤਾ ਗਿਆ ਸੀ ਸੋਸਾਇਟੀ ਵਿੱਚ 2011 ਵਿੱਚ, ਉਹਦੇ ਵਿੱਚ ਸਾਨੂੰ ਸਾਰੇ CSR ਰੂਲ ਸਾਰੇ ਬੈਨੀਫਿਟ ਜਿਹੜੀ ਉਹ ਦੇਣ ਦੀ ਗੱਲ ਕੀਤੀ ਗਈ ਸੀ, ਪਰ ਸਰਕਾਰ ਇੱਕ ਇੱਕ ਚੀਜ਼ ਤੋਂ ਜਿਹੜੀ ਉਹ ਮੁੱਕਰ ਗਈ ਆ, ਔਰ ਅੱਜ ਦੀ ਡੇਟ ਵਿੱਚ ਸਾਰੇ ਜਿਹੜੇ ਬੈਨੀਫਿਟ ਆ ਸਾਨੂੰ ਉਹਨਾਂ ਤੋਂ ਵਾਂਝਿਆ ਕੀਤਾ ਜਾ ਰਿਹਾ ਵਾ, ਔਰ ਇਕੱਲੀ ਜਿਹੜੀ ਇੱਕ ਤਨਖਾਹ ਹੀ ਜਿਹੜੀ ਹੈ ਸਾਨੂੰ ਦਿੱਤੀ ਜਾ ਰਹੀ ਆ। IR ਸਾਡੀ ਜਿਹੜੀ ਹੈ ਜਿਹਨੂੰ ਅੰਤਰਿਮ ਰਿਲੀਫ ਬੋਲਦੇ ਹਾਂ, ਉਹ ਵੀ ਜਿਹੜੀ ਸਾਡੀ ਜਿਹੜੀ ਉਹ ਬੰਦ ਕੀਤੀ ਗਈ ਆ, ਉਹ ਪਿਛਲੇ 2016 ਤੋਂ ਜਿਹੜੀ ਬਾਕੀ ਮੁਲਾਜ਼ਮ ਮਿਲ ਰਹੀ ਹੈ ਸਾਨੂੰ ਨਹੀਂ ਮਿਲ ਰਹੀ। ACP ਜਿਹਦੇ ਵਿੱਚ 4 ਸਾਲਾਂ 9 ਸਾਲਾਂ ਸਾਡੀ ਬਣਦੀ ਸੀ, ਉਹ ਵੀ ਜਿਹੜੀ ਸਾਨੂੰ ਅਜੇ ਤੱਕ ਜਿਹੜੀ ਉਹ ਪ੍ਰੋਵਾਈਡ ਨਹੀਂ ਕਰਵਾਈ ਗਈ। ਇਹ ਸਾਰੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ, ਜਿਹਦੇ ਵਿੱਚ ਸਾਡੀ ਮਰਜਿੰਗ ਦੀ ਮੰਗ ਆ, IR ACP ਦੀ ਮੰਗ ਆ। ਜੇਕਰ ਸਾਡੀਆਂ ਮੰਗਾਂ ਜਿਹੜੀਆਂ ਵਾ ਨਹੀਂ ਇਹ ਪੂਰੀਆਂ ਕੀਤੀਆਂ ਜਾਂਦੀਆਂ, 4 ਤਰੀਕ ਦਾ ਪ੍ਰੋਗਰਾਮ ਜਿਹੜਾ ਸਾਡਾ ਪਟਿਆਲੇ ਵਿਖੇ ਆ, ਜੋ CM ਦਾ ਆਪਣਾ ਹਲਕਾ ਵੀ ਆ, ਜੱਦੀ ਸ਼ਹਿਰ ਆ, ਔਰ ਉਹਦੇ ਵਿੱਚ ਸਾਡਾ 7000 CF ਟੋਟਲ ਜਿਹੜਾ ਪੰਜਾਬ ਵਿੱਚ, ਉਹ ਸਾਰੇ ਦੇ ਸਾਰੇ ਪਰਿਵਾਰਾਂ ਸਮੇਤ ਜਿਹੜੇ ਉੱਥੇ ਸ਼ਮੂਲੀਅਤ ਕਰਨਗੇ। ਆਪਾਂ ਇਹਨਾਂ ਨਾਲ ਗੱਲਬਾਤ ਕਰ ਚੁੱਕੇ ਹਾਂ, ਵਿਧਾਇਕਾਂ ਨੂੰ ਮਿਲ ਚੁੱਕੇ ਹਾਂ, ਕੈਬਨਿਟ ਮਿਨਿਸਟਰਾਂ ਨੂੰ ਮਿਲ ਚੁੱਕੇ ਹਾਂ, CM ਸਾਹਿਬ ਤੱਕ ਵੀ ਗੱਲ ਹੋਈ ਆ, ਔਰ ਵਿਭਾਗੀ ਜਿਹੜੇ ਅਧਿਕਾਰੀ ਉਹਨਾਂ ਨਾਲ ਵੀ ਗੱਲ ਹੋ ਚੁੱਕੀ ਆ, ਪਰ ਕੋਈ ਵੀ ਸਾਡੀ ਜਿਹੜੀ ਗੱਲ ਆ ਸੁਣਵਾਈ ਨਹੀਂ ਹੋ ਰਹੀ। ਔਰ ਸਾਡਾ ਜਿਹੜਾ ਐਕਸ਼ਨ ਆ 4 ਤਰੀਕ ਦਾ ਵਾ, ਪਰ ਅਸੀਂ ਸਾਰੇ ਜਿਹੜੇ ਆ CF ਸਾਡੇ ਜਿਹੜੇ ਆ ਉਹ ਵੱਧ ਚੜ੍ਹ ਕੇ ਜਿਹੜੇ ਉੱਥੇ ਸਾਰੇ ਪਹੁੰਚਣਗੇ। ਧੰਨਵਾਦ ਜੀ।